ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਬਰਾੜ। ਦੋਸਤੋ, ਅੱਜ ਆਪਾਂ ਇਸ ਵੀਡੀਓ ਰਾਹੀਂ ਇੰਡੀਆ ਦੇ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਬਾਰੇ ਗੱਲ ਕਰਾਂਗੇ। ਗੱਲ ਕਰਾਂਗੇ ਕਿ ਕਿਵੇਂ ਯੁਵਰਾਜ ਸਿੰਘ IPL ਦੇ ਵਿੱਚ 16 ਕਰੋੜ ਦੇ ਵੱਡੇ ਅਮਾਊਂਟ ਤੋਂ 2019 ਦੇ ਵਿੱਚ ਸਿਰਫ 1 ਕਰੋੜ 'ਤੇ ਆ ਗਏ, ਕੀ ਕਾਰਨ ਰਿਹਾ। ਸੋ ਆਪਾਂ ਉਹਨਾਂ ਦੇ IPL ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਸੀਜ਼ਨਾਂ ਦੀ ਗੱਲ ਕਰਾਂਗੇ ਕਿ ਯੁਵਰਾਜ ਸਿੰਘ ਨੂੰ ਕਿਹੜੀ ਟੀਮ ਨੇ ਕਿੰਨੇ ਅਮਾਊਂਟ 'ਤੇ ਖਰੀਦਿਆ। ਸੋ ਦੋਸਤੋ, ਯੁਵਰਾਜ ਸਿੰਘ ਨਾਲ ਇੱਦਾਂ ਹੀ ਹੋਇਆ, ਉਹ ਅਰਸ਼ ਤੋਂ ਫਰਸ਼ 'ਤੇ ਆ ਗਏ ਆ, ਕਿਉਂਕਿ ਹੁਣ ਉਹ ਟਾਈਮ ਆ ਗਿਆ ਕਿ ਯੁਵਰਾਜ ਦੇ ਉੱਪਰ ਕੋਈ ਵੀ ਟੀਮ ਬੋਲੀ ਲਾਉਣ ਨੂੰ ਤਿਆਰ ਨਹੀਂ ਸੀ। ਸੋ ਪਹਿਲੀ ਬੋਲੀ ਦੇ ਵਿੱਚ ਤਾਂ ਯੁਵਰਾਜ ਸਿੰਘ ਨੂੰ ਕਿਸੇ ਵੀ ਟੀਮ ਨੇ ਖਰੀਦਿਆ ਹੀ ਨਹੀਂ। ਸੋ ਯੁਵਰਾਜ ਸਿੰਘ ਦੇ IPL ਕੈਰੀਅਰ ਬਾਰੇ ਆਪਾਂ ਗੱਲਬਾਤ ਕਰਾਂ ਕਿ ਉਹਨਾਂ ਦੇ ਰੇਟ ਦੇ ਵਿੱਚ ਇੰਨੀ ਜ਼ਿਆਦਾ ਕਮੀ ਕਿਉਂ ਆਈ। ਦੋਸਤੋ, ਗੱਲ ਕਰੀਏ ਤਾਂ 2007 ਦੇ ਵਿੱਚ ਇੰਡੀਆ ਨੇ T20 ਵਰਲਡ ਕੱਪ ਜਿੱਤਿਆ ਸੀ, ਜਿਸ ਦੀ ਕਪਤਾਨੀ ਮਹਿੰਦਰ ਸਿੰਘ ਧੋਨੀ ਕਰ ਰਹੇ ਸੀ, ਅਤੇ ਜਿਹੜਾ ਸਭ ਤੋਂ ਜ਼ਿਆਦਾ ਪਲੇਅਰ ਨਿਖਰ ਕੇ ਸਾਹਮਣੇ ਆਇਆ ਸੀ, ਜਿਸ ਦੀ ਪ੍ਰਸ਼ੰਸਾ ਸਭ ਤੋਂ ਜ਼ਿਆਦਾ ਕੀਤੀ ਸੀ, ਉਹ ਸੀ ਯੁਵਰਾਜ ਸਿੰਘ। ਸੋ ਦੋਸਤੋ, ਆਪਾਂ ਯੁਵਰਾਜ ਸਿੰਘ ਬਾਰੇ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰ ਦਿੰਦਾ ਵੀਰੇ, ਜੇਕਰ ਤੁਸੀਂ ਆਪਣਾ ਚੈਨਲ RB ਪੰਜਾਬੀ ਫਨ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਚੈਨਲ ਸਬਸਕ੍ਰਾਈਬ ਕਰੋ, ਕਿਉਂਕਿ ਮੈਂ ਹਰ ਰੋਜ਼ ਤੁਹਾਡੇ ਲਈ ਬਹੁਤ ਜ਼ਿਆਦਾ ਇੰਟਰਸਟਿੰਗ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ। ਇਸ ਤੋਂ ਇਲਾਵਾ ਯੁਵਰਾਜ ਸਿੰਘ, ਜੇਕਰ ਤੁਹਾਨੂੰ ਵਧੀਆ ਪਲੇਅਰ ਲੱਗਦਾ, ਤੁਹਾਨੂੰ ਲੱਗਦਾ ਕਿ ਯੁਵਰਾਜ ਸਿੰਘ ਨੂੰ ਪਹਿਲ ਦੇ ਆਧਾਰ 'ਤੇ ਖਰੀਦਣਾ ਚਾਹੀਦਾ, ਤਾਂ ਯੁਵਰਾਜ ਸਿੰਘ ਜਿੰਦਾਬਾਦ ਲਿਖ ਕੇ ਕਮੈਂਟ ਜ਼ਰੂਰ ਕਰੋ। ਸੋ ਆਪਾਂ ਦੇਖਦੇ ਹਾਂ ਕਿ ਅਜੇ ਵੀ ਯੁਵਰਾਜ ਸਿੰਘ ਦੇ ਕਿੰਨੇ ਕੁ ਫੈਨਸ ਬਾਕੀ ਆ। ਸੋ ਦੋਸਤੋ, ਮੈਂ ਦੱਸ ਚੁੱਕਿਆ ਕਿ 2007 ਦੇ ਵਿੱਚ ਯੁਵਰਾਜ ਸਿੰਘ ਕਾਫੀ ਜ਼ਿਆਦਾ ਨਾਮ ਕਮਾ ਚੁੱਕਿਆ ਸੀ, ਪਰ 2008 ਦੇ ਵਿੱਚ ਜਿਵੇਂ ਹੀ IPL ਸ਼ੁਰੂ ਹੋਇਆ ਤਾਂ ਯੁਵਰਾਜ ਸਿੰਘ ਨੂੰ ਇੱਕ ਬਹੁਤ ਅੱਗੇ ਦਾ ਪਲੇਅਰ ਮੰਨਿਆ ਅਤੇ ਉਸ ਆਈਕਨ ਪਲੇਅਰਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ। ਦੋਸਤੋ, ਆਈਕਨ ਪਲੇਅਰ ਉਹ ਹੁੰਦੇ ਆ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਬੋਲੀ ਲਾਉਣ ਦੀ ਜ਼ਰੂਰਤ ਨਹੀਂ, ਉਸਨੂੰ ਸਿੱਧੇ ਤੌਰ 'ਤੇ ਟੀਮਾਂ ਪਹਿਲ ਦੇ ਆਧਾਰ 'ਤੇ ਆਪਣੀ ਟੀਮ ਦੇ ਵਿੱਚ ਸ਼ਾਮਿਲ ਕਰਦੀਆਂ, ਅਤੇ ਉਹਨਾਂ ਨੂੰ ਜਿਹੜਾ ਸਭ ਤੋਂ ਜ਼ਿਆਦਾ ਜਿਸ ਖਿਡਾਰੀ ਦਾ ਰੇਟ ਲੱਗਿਆ ਹੁੰਦਾ ਉਸ ਤੋਂ 15% ਵੱਧ ਦੇ ਕੇ ਆਪਣੀ ਟੀਮ ਦੇ ਵਿੱਚ ਰੱਖਿਆ ਜਾਂਦਾ। ਸੋ ਇੱਦਾਂ ਦੀ ਕੰਡੀਸ਼ਨ ਉਸ ਟਾਈਮ ਯੁਵਰਾਜ ਸਿੰਘ ਦੀ ਸੀ। ਉਸ ਨੂੰ ਪਹਿਲ ਦੇ ਆਧਾਰ 'ਤੇ ਕਿੰਗਸ 11 ਪੰਜਾਬ ਨੇ 4,25,00,000, ਜੋ ਕਿ ਉਸ ਟਾਈਮ ਕਾਫੀ ਵੱਡੀ ਰਕਮ ਸੀ, ਦੇ ਕੇ ਆਪਣੀ ਟੀਮ ਦੇ ਵਿੱਚ 2008 ਅਤੇ 2009 ਦੇ ਲਈ ਸ਼ਾਮਿਲ ਕੀਤਾ, ਅਤੇ ਉਸ ਟਾਈਮ ਯੁਵਰਾਜ ਸਿੰਘ ਨੂੰ ਉਹਨਾਂ ਨੇ ਆਪਣੀ ਟੀਮ ਦੀ ਕਪਤਾਨੀ ਵੀ ਦਿੱਤੀ। ਪਰ ਦੋਸਤੋ, ਜਲਦੀ ਹੀ ਕਿੰਗਸ 11 ਪੰਜਾਬ ਅਤੇ ਪ੍ਰੀਤੀ ਜ਼ਿੰਟਾ ਦੇ ਜਿਹੜੇ ਮਨ ਦੇ ਉੱਪਰੋਂ ਯੁਵਰਾਜ ਸਿੰਘ ਦਾ ਜਾਦੂ ਉਤਰਨ ਲੱਗਿਆ, ਉਹਨਾਂ ਨੇ 2010 ਦੇ ਵਿੱਚ ਯੁਵਰਾਜ ਸਿੰਘ ਨੂੰ ਆਪਣੀ ਟੀਮ ਵਿੱਚ ਤਾਂ ਸ਼ਾਮਿਲ ਕੀਤਾ, ਪਰ ਉਹਨਾਂ ਨੂੰ ਕਪਤਾਨੀ ਨਹੀਂ। ਉਹਨਾਂ ਨੇ ਯੁਵਰਾਜ ਨੂੰ ਕਪਤਾਨੀ ਤੋਂ ਹਟਾ ਕੇ ਸ਼੍ਰੀਲੰਕਾ ਦੇ ਕੁਮਾਰ ਸੰਗਾਤਾਰਾ ਨੂੰ ਕਪਤਾਨੀ ਦੇ ਦਿੱਤੀ। ਅਜੇ ਤੱਕ ਵੀ ਸਭ ਕੁਝ ਯੁਵਰਾਜ ਸਿੰਘ ਲਈ ਸਹੀ ਚੱਲ ਰਿਹਾ ਸੀ, ਪਰ ਸੋ ਯੁਵਰਾਜ ਸਿੰਘ ਨੂੰ ਝਟਕਾ ਉਦੋਂ ਲੱਗਾ ਜਦੋਂ 2011 ਦੇ ਵਿੱਚ ਕਿੰਗਸ 11 ਪੰਜਾਬ ਨੇ ਯੁਵਰਾਜ ਸਿੰਘ ਨੂੰ ਆਪਣੀ ਟੀਮ ਦੇ ਵਿੱਚੋਂ ਸ਼ਾਮਿਲ ਨਹੀਂ ਕੀਤਾ। ਪਰ ਯੁਵਰਾਜ ਸਿੰਘ ਲਈ ਫਿਰ ਵੀ ਸਭ ਕੁਝ ਠੀਕ ਹੀ ਦਿਖਾਈ ਦਿੰਦਾ ਸੀ, ਕਿਉਂਕਿ 2011 ਦੇ ਵਿੱਚ ਪੂਨੇ ਵਾਰੀਅਰਸ ਇੰਡੀਆ ਨੇ ਯੁਵਰਾਜ ਸਿੰਘ ਨੂੰ 8,28,00,000 ਦੀ ਵੱਡੀ ਰਕਮ ਦੇ ਕੇ ਖਰੀਦ ਲਿਆ। ਪਰ ਦੋਸਤੋ, ਯੁਵਰਾਜ ਸਿੰਘ ਨੂੰ 8,28,00,000 ਦਾ ਜਿਹੜਾ ਇਹ ਅਮਾਊਂਟ ਕਿਸੇ ਕੰਮ ਨਹੀਂ ਹੈ। ਯੁਵਰਾਜ ਸਿੰਘ ਨੂੰ ਇੱਡੀ ਵੱਡੀ ਰਕਮ ਦਾ ਇਸ ਕਰਕੇ ਫਾਇਦਾ ਨਹੀਂ ਹੋਇਆ ਕਿਉਂਕਿ ਉਸੇ ਸਾਲ ਯੁਵਰਾਜ ਸਿੰਘ ਕੈਂਸਰ ਵਰਗੀ ਬਿਮਾਰੀ ਦੇ ਨਾਲ ਪੀੜਤ ਸੀ, ਇਸ ਕਰਕੇ ਉਹ 2012 ਦਾ IPL ਖੇਡ ਨਹੀਂ ਸਕਿਆ। 2014 ਦੇ ਵਿੱਚ RCB, ਜੋ ਕਿ ਵਿਰਾਟ ਕੋਹਲੀ ਜਿਸ ਦੇ ਕਪਤਾਨ ਹੁੰਦੇ, ਉਸਨੇ ਯੁਵਰਾਜ ਸਿੰਘ ਨੂੰ ਬਹੁਤ ਵੱਡੀ ਕੀਮਤ, ਯਾਨੀ 14 ਕਰੋੜ ਦੇ ਉੱਪਰ ਖਰੀਦ ਲਿਆ, ਜੋ IPL ਯੁਵਰਾਜ ਸਿੰਘ ਦੇ ਲਈ ਕਾਫੀ ਵਧੀਆ ਵੀਰਿਆ। ਉਹਨਾਂ ਨੇ 376 ਰਨ ਬਣਾਏ ਅਤੇ ਉਸਦੀ ਕਾਫੀ ਜ਼ਿਆਦਾ ਤਾਰੀਫ ਵੀ ਹੋਈ। ਸਿਰਫ 1 ਸਾਲ ਰੱਖਣ ਤੋਂ ਬਾਅਦ ਇਹ ਜਾਣਦੇ ਹੋਏ ਕਿ ਯੁਵਰਾਜ ਸਿੰਘ ਨੇ RCB ਲਈ ਵਧੀਆ ਪ੍ਰਦਰਸ਼ਨ ਕੀਤਾ, RCB ਨੇ ਯੁਵਰਾਜ ਸਿੰਘ ਤੋਂ ਫਿਰ ਵੀ ਕਿਨਾਰਾ ਕਰ ਲਿਆ, ਅਤੇ 2015 ਦੇ ਵਿੱਚ ਦਿੱਲੀ ਦੀ ਟੀਮ ਨੇ ਯੁਵਰਾਜ ਸਿੰਘ ਨੂੰ ਇੱਕ ਬਹੁਤ ਵੱਡੀ ਰਕਮ ਦਿੰਦੇ ਹੋਏ 16 ਕਰੋੜ ਦੇ ਵਿੱਚ ਖਰੀਦ ਲਿਆ। ਸੋ ਕੀਮਤ ਦੇ ਹਿਸਾਬ ਨਾਲ ਇਹ IPL ਯੁਵਰਾਜ ਸਿੰਘ ਲਈ ਵਧੀਆ ਨਹੀਂ ਰਿਹਾ, ਕਿਉਂਕਿ ਉਹਨਾਂ ਨੇ IPL ਵਿੱਚ ਦਿੱਲੀ ਦੇ ਲਈ ਸਿਰਫ ਔਰ ਸਿਰਫ 248 ਰਨ ਬਣਾਏ, ਜੋ ਕਿ ਉਹਨਾਂ ਦੀ ਕੀਮਤ ਦੇ ਹਿਸਾਬ ਨਾਲ ਕਿਤੇ ਵੀ ਇਨਸਾਫ ਕਰਦੇ ਦਿਖਾਈ ਨਹੀਂ ਦੇ ਰਹੇ ਸੀ। ਇਸ ਲਈ ਦਿੱਲੀ ਨੇ ਵੀ ਯੁਵਰਾਜ ਸਿੰਘ ਤੋਂ ਕਿਨਾਰਾ ਕਰਨਾ ਹੀ ਠੀਕ ਸਮਝਿਆ। ਸੋ 2016 ਦੇ ਵਿੱਚ ਸਨਰਾਈਜ਼ਰ ਹੈਦਰਾਬਾਦ ਨੇ 7 ਕਰੋੜ ਦੀ ਕੀਮਤ ਦੇ ਵਿੱਚ ਯੁਵਰਾਜ ਸਿੰਘ ਨੂੰ ਖਰੀਦ ਲਿਆ। ਹਾਲਾਂਕਿ ਇਹ ਪਿਛਲੀ ਕੀਮਤ ਦੇ ਨਾਲੋਂ ਘੱਟ ਸੀ, ਪਰ ਫਿਰ ਵੀ ਯੁਵਰਾਜ ਸਿੰਘ ਦੇ ਲਈ 7 ਕਰੋੜ ਦੀ ਕੀਮਤ ਕਾਫੀ ਸੀ। ਅਤੇ 2017 ਦੇ ਲਈ ਸਨਰਾਈਜ਼ਰ ਨੇ ਫਿਰ ਤੋਂ ਯੁਵਰਾਜ ਸਿੰਘ ਨੂੰ ਆਪਣੀ ਟੀਮ ਦੇ ਵਿੱਚ ਬਣਾਈ ਰੱਖਿਆ, ਪਰ ਯੁਵਰਾਜ ਸਿੰਘ ਦਾ ਵਿਗੜਦਾ ਹੋਇਆ ਪ੍ਰਦਰਸ਼ਨ ਦੇਖ ਕੇ ਸਨਰਾਈਜ਼ਰ ਨੇ ਵੀ ਯੁਵਰਾਜ ਸਿੰਘ ਤੋਂ ਕਿਨਾਰਾ ਕੀਤਾ, ਅਤੇ 2018 ਦੇ ਵਿੱਚ ਉਹ ਫਿਰ ਤੋਂ ਆਪਣੀ ਪੁਰਾਣੀ ਟੀਮ ਕਿੰਗਸ 11 ਪੰਜਾਬ ਦੇ ਵਿੱਚ ਪਰਤ ਗਏ। ਪਰ ਇਸ ਵਾਰ ਯੁਵਰਾਜ ਸਿੰਘ ਦੀ ਕੀਮਤ ਬਹੁਤ ਘੱਟ ਗਈ, ਉਹਨਾਂ ਨੂੰ ਸਿਰਫ 2 ਕਰੋੜ ਦੇ ਵਿੱਚ ਕਿੰਗਸ 11 ਨੇ ਸ਼ਾਮਿਲ ਕੀਤਾ। ਪਰ ਯੁਵਰਾਜ ਸਿੰਘ ਦੇ ਲਈ IPL ਬਹੁਤ ਜ਼ਿਆਦਾ ਖਰਾਬ ਰਿਹਾ। ਯੁਵਰਾਜ ਸਿੰਘ ਨੇ ਇਸ IPL ਵਿੱਚ ਬਹੁਤ ਘੱਟ ਰਨ ਬਣਾਏ, ਸੋ ਕਾਫੀ ਸਾਰੇ ਮੈਚਾਂ ਦੇ ਵਿੱਚ ਯੁਵਰਾਜ ਸਿੰਘ ਨੂੰ ਬਾਹਰ ਵੀ ਬੈਠਣਾ ਪਿਆ। ਅਤੇ ਦੋਸਤੋ, ਅੱਜ ਦੀ ਗੱਲ ਕਰੀਏ, ਕਿਉਂਕਿ ਦੋਸਤੋ 2019 ਦੇ IPL ਦੇ ਲਈ ਖਿਡਾਰੀਆਂ ਦੀ ਬੋਲੀ ਲੱਗ ਚੁੱਕੀ ਹੈ, ਅਤੇ ਯੁਵਰਾਜ ਸਿੰਘ ਲਈ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ਸਿਰਫ ਔਰ ਸਿਰਫ ਯੁਵਰਾਜ ਸਿੰਘ ਵਰਗੇ ਖਿਡਾਰੀ ਨੂੰ 1 ਕਰੋੜ ਦੇ ਵਿੱਚ ਮੁੰਬਈ ਇੰਡੀਅਨ ਨੇ ਖਰੀਦਿਆ। ਅਤੇ ਸਭ ਤੋਂ ਬੁਰੀ ਗੱਲ ਇਹ ਦੋਸਤੋ ਕਿ ਐਡਾ ਵੱਡਾ ਪਲੇਅਰ ਹੋਣ ਦੇ ਬਾਵਜੂਦ ਵੀ ਯੁਵਰਾਜ ਸਿੰਘ ਨੂੰ ਪਹਿਲੇ ਸੈਸ਼ਨ ਵਿੱਚ ਕਿਸੇ ਵੀ ਟੀਮ ਨੇ ਬੋਲੀ ਨਹੀਂ ਲਾਈ,
दूजे सैशन दे विच सिर्फ और सिर्फ मुंबई इंडियन ने उन्होंने उन्होंने 1 करोड़ बेस प्राइज़ के उपर ही खरीद लिया। सो कह सकते हैं दोस्तों कि टाइम का कोई पता नहीं लगता, अपस एंड डाउनस किसी की लाइफ के भी आ सकते हैं। यही युवराज सिंह आ जिसनों हर टीम चाहती सी कि वह अपनी टीम के शामिल करे। अज इदा का टाइम है कि कोई भी टीम नहीं चाहती कि युवराज सिंह को खरीदन। सो दोस्तों तुसी एक मिनट रही है जरूर दसना कि युवराज सिंह का इस साल प्रदर्शन थोड़े हिसाब के नाल वधिया रहने वाला कि युवराज सिंह को अजे भी वर्ल्ड कप के जगह मिल सकती है। सो युवराज सिंह के फैनस उन्होंने एक कमेंट जरूर करन ते उन्होंने लाइक जरूर करन, होर दोस्तों तक वीडियो पहुँच सके इसलिए वीडियो शेयर भी जरूर करो ते होर वीडियोज़ के लिए अपना चैनल सबसक्राइब करना ना भुलो। थैंक यू सो मच।